ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਤੋਂ ਬਾਅਦ ਆਪਾਂ ਧਿਆਨ ਦੇ ਵਿੱਚ ਕਿਵੇਂ ਬੈਠਣਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਿਸ਼ਾ ਆ। ਜੇ ਅਸੀਂ ਇਸ ਨੂੰ ਮਿਸ ਕਰ ਦਿੱਤਾ ਤਾਂ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਵੇਗੀ, ਨਾ ਹੀ ਕੋਈ ਸਿਮਰਨ ਧਿਆਨ ਦੇ ਵਿੱਚ ਕੋਈ ਅਨੁਭਵ ਹੋਵੇਗਾ। ਇਸ ਕਰਕੇ ਬੜੇ ਹੀ ਧਿਆਨ ਦੇ ਨਾਲ ਮਨ ਨੂੰ ਇਕਾਗਰ ਅਤੇ ਹਾਜ਼ਰ ਕਰਕੇ ਆਪਾਂ ਇਸ ਵਿਚਾਰ ਨੂੰ ਸੁਣਨਾ ਹੈ। ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਅਜਿਹੀਆਂ ਵੀਡੀਓ ਕਈ ਵਾਰੀ ਮਿਸ ਹੋ ਜਾਂਦੀਆਂ। ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਤੁਹਾਡੇ ਫੋਨ ਦੇ ਉੱਤੇ ਉਸੇ ਸਮੇਂ ਵੀਡੀਓ ਦਾ ਨੋਟੀਫਿਕੇਸ਼ਨ ਆਵੇਗਾ ਜਦੋਂ ਅਸੀਂ ਅਪਲੋਡ ਕਰਾਂਗੇ। ਸਿਮਰਨ ਤਾਂ ਅਸੀਂ ਬਹੁਤ ਸਮੇਂ ਦੇ ਕਰਦੇ ਹਾਂ, ਪਰ ਵਿੱਚ ਸਾਨੂੰ ਕੋਈ ਵੀ ਅਨੁਭਵ ਨਹੀਂ ਹੋਇਆ। ਵਾਹਿਗੁਰੂ ਜੀ, ਉਹਦਾ ਇੱਕੋ ਇੱਕ ਰੀਜ਼ਨ ਹੈ ਕਿ ਅਸੀਂ ਸਿਰਫ ਬੋਲ ਕੇ ਅਭਿਆਸ ਕਰ ਲੈਂਦੇ ਹਾਂ, ਪਰ ਉਸ ਤੋਂ ਬਾਅਦ ਜੋ ਇੱਕ ਖਾਸ ਕੰਮ ਕਰਨਾ ਹੁੰਦਾ ਉਹ ਆਪਾਂ ਨਹੀਂ ਕਰਦੇ। ਅੱਜ ਆਪਾਂ ਉਸੇ ਟੌਪਿਕ ਦੇ ਉੱਤੇ ਛੋਟੀ ਜਿਹੀ ਵਿਚਾਰ ਕਰਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਆਪਾਂ ਜਪਣ ਤੋਂ ਬਾਅਦ, ਅਭਿਆਸ ਕਰਨ ਤੋਂ ਬਾਅਦ ਜੋ ਮਨ ਸਾਡਾ ਸਾਇਲੈਂਟ ਹੁੰਦਾ, ਵਿਚਾਰ ਰਹਿਤ ਹੁੰਦਾ, ਉਸ ਤੋਂ ਬਾਅਦ ਕੀ ਕਰਨਾ ਆਪਾਂ ਕਿ ਰਸਨਾ ਤੋਂ ਜਪ ਘਟਾ ਕੇ, ਆਵਾਜ਼ ਨੂੰ ਮੱਧਮ ਕਰਕੇ, ਸਰੀਰ ਨੂੰ ਢਿੱਲਾ ਛੱਡ ਕੇ, ਬਸ ਇਸ ਅਵਸਥਾ ਦੇ ਵਿੱਚ ਸਰੀਰ ਨੂੰ ਢਿੱਲਾ ਛੱਡ ਕੇ ਮਨ ਨੇ ਸਾਇਲੈਂਟ ਹੋ ਕੇ ਬੈਠਣਾ। ਆਪਾਂ ਇੱਥੇ ਹੀ ਖੇਡ ਨੂੰ ਸਮਝਣਾ, ਮਨ ਆਪਣੇ ਨੂੰ ਸਿਮਰਨ ਕਰਕੇ ਖੁਮਾਰ ਚੜ੍ਹ ਗਏ। ਇੱਥੇ ਬੋਲ ਕੇ ਆਪਾਂ ਅਭਿਆਸ ਨਹੀਂ ਕਰਨਾ, ਅੰਦਰੋਂ ਮਹਿਸੂਸ ਵੀ ਨਹੀਂ ਕਰਨਾ, ਬਸ ਮਨ ਨੂੰ ਚੁੱਪ ਕਰਕੇ ਬਿਠਾ ਦੇਣਾ ਅਤੇ ਵੇਖੀ ਜਾਣਾ। ਜੇਕਰ ਇੱਦਾਂ ਬੈਠਿਆਂ ਵੀ ਸਾਨੂੰ ਕੋਈ ਨਾ ਕੋਈ ਫੁਰਨਾ ਆਉਂਦਾ ਤਾਂ ਥੋੜ੍ਹਾ ਜਿਹਾ ਆਪਣੇ ਸਵਾਸ ਨੂੰ ਰੋਕ ਲੈਣਾ। ਰੁਕਣ ਦੇ ਨਾਲ ਵਿਚਾਰ ਉਸੇ ਸਮੇਂ ਰੁਕ ਜਾਂਦੇ। ਸਾਨੂੰ ਜੋ ਵੀ ਫੁਰਨਾ ਆਵੇਗਾ ਉਹ ਪਾਉਣ ਦੇ ਵਿੱਚ ਜਦੋਂ ਮਨ ਮਿਲੇਗਾ ਫਿਰ ਆਵੇਗਾ, ਪਾਉਣ ਤੋਂ ਅਲੱਗ ਹੋ ਕੇ ਇਹਨੂੰ ਫੁਰਨਾ ਨਹੀਂ ਆਵੇਗਾ। ਅਤੇ ਇੱਥੇ ਮਨ ਸ਼ਬਦ ਦੇ ਨਾਲ ਮਿਲ ਕੇ ਧਿਆਨ ਰੂਪ ਹੋ ਕੇ ਪਾਉਣ ਤੋਂ ਵੱਖ ਹੁੰਦਾ। ਜਦੋਂ ਥੋੜ੍ਹਾ ਥੋੜ੍ਹਾ ਜਿਹਾ ਸਵਾਸ ਆਪਾਂ ਰੋਕ ਲੈਂਦੇ ਨਾ, ਫਿਰ ਛੱਡ ਦਿੰਦੇ, ਫਿਰ ਰੋਕ ਲੈਂਦੇ, ਇੱਦਾਂ ਹੋਰ ਜ਼ਿਆਦਾ ਮਨ ਨੂੰ ਖੁਮਾਰੀ ਚੜ੍ਹ ਜਾਂਦੀ। ਇਸ ਟਾਈਮ ਜਦੋਂ ਆਪਾਂ ਧਿਆਨ ਦੇ ਵਿੱਚ ਬੈਠੇ ਹਾਂ, ਜੋ ਰਸਨਾ ਹੈ ਬੰਦ ਹੈ, ਜੋ ਮੁੱਖ ਹੈ ਬੰਦ ਹੈ, ਸਵਾਸ ਜੋ ਜਾ ਰਿਹਾ ਅੰਦਰ ਉਹ ਕਿੱਥੋਂ ਜਾ ਰਿਹਾ ਹੁਣ? ਨਾਸਕਾ ਦੇ ਰਾਹੀਂ। ਬਸ ਇੱਥੋਂ ਹੀ ਥੋੜ੍ਹਾ ਜਿਹਾ ਸਵਾਸ ਰੋਕ ਲੈਣਾ। ਇਹ ਜਿਹੜਾ ਸਵਾਸ ਰੋਕਣਾ ਹੁੰਦਾ ਨਾ, ਜ਼ਿਆਦਾ ਸਮਾਂ ਨਹੀਂ ਕੋਈ ਰੋਕ ਸਕਦਾ, ਬਸ ਥੋੜ੍ਹਾ ਜਿਹਾ, 1-2 ਸਕਿੰਟ, ਕਿਉਂਕਿ ਸਰੀਰ ਸਾਡਾ ਬਿਲਕੁਲ ਢਿੱਲਾ ਹੋਇਆ ਹੈ ਅਤੇ ਢਿੱਲੇ ਹੋਏ ਸਰੀਰ ਤੋਂ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਸਵਾਸ ਰੋਕ ਸਕਦੇ ਹਾਂ, 1 ਸੈਕਿੰਡ ਤੋਂ ਲੈ ਕੇ 5 ਸਕਿੰਟ, ਨਾਲ ਹੀ ਫੁਰਨੇ ਬੰਦ ਹੋਣਗੇ। ਜਿਹੜਾ ਸਵਾਸ ਅੰਦਰ ਭਰ ਕੇ ਰੋਕਿਆ, ਜਦੋਂ ਔਖਾ ਜਿਹਾ ਸਵਾਸ ਆਉਣ ਲੱਗੇ ਫਿਰ ਬਾਹਰ ਨੂੰ ਛੱਡ ਦਿਓ। ਇੱਦਾਂ ਕਰਨ ਦੇ ਨਾਲ ਜਿਹੜਾ ਸਾਡੇ ਮਨ ਨੂੰ ਵਾਰ ਵਾਰ ਫੁਰਨਾ ਆਉਂਦਾ ਸੀ ਉਹ ਆਉਣਾ ਬੰਦ ਹੋ ਜਾਵੇਗਾ। ਜਿੰਨਾ ਮਨ ਇੱਥੇ ਸਾਇਲੈਂਟ ਹੋ ਕੇ ਬੈਠੇਗਾ ਉਨਾ ਹੀ ਇਹ ਸੁਣਨ ਦੇ ਵਿੱਚ ਪ੍ਰਵੇਸ਼ ਕਰੇਗਾ। ਇੱਥੇ ਇੱਕ ਬਹੁਤ ਪਿਆਰੀ ਘਟਨਾ ਵਾਪਰੇਗੀ ਕਿ ਜਦੋਂ ਹੀ ਆਪਾਂ ਸੁਣਨ ਦੇ ਵਿੱਚ ਪ੍ਰਵੇਸ਼ ਕਰਾਂਗੇ, ਸੁਣਨ ਦੇ ਵਿੱਚੋਂ ਅਨਹਦ ਸ਼ਬਦਾਂ ਦੀਆਂ ਗੂੰਜਾਂ ਪਵੇਗੀਆਂ, ਆਵਾਜ਼ਾਂ ਆਉਣਗੀਆਂ। ਮਨ ਵੇਖਦਾ ਹੈ ਕਿ ਇਹ ਆਵਾਜ਼ ਕਿੱਥੋਂ ਆ ਗਈ। ਇੱਥੇ ਜੇ ਮਨ ਸਾਡਾ ਚੁੱਪ ਹੈ ਤਾਂ ਹੀ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁੱਖ ਦੀ ਆਵਾਜ਼ ਨੂੰ ਫੜੇਗਾ, ਨਹੀਂ ਤਾਂ ਇਹਨੂੰ ਆਵਾਜ਼ ਨਹੀਂ ਸੁਣਾਈ ਦੇਣੀ।
ਜੇ ਮਨ ਵਿਚਾਰਾਂ ਦੇ ਵਿੱਚ ਰਿਹਾ, ਬਾਹਰ ਮੁਖੀ ਰਿਹਾ, ਅੰਤਰਮੁਖੀ ਨਾ ਹੋਇਆ, ਫਿਰ ਇਹਨਾਂ ਅਨਹਦ ਸ਼ਬਦਾਂ ਨੂੰ ਆਪਾਂ ਸੁਣਨਾ, ਜੇ ਸਾਨੂੰ ਸੁਣਨੇ ਸ਼ੁਰੂ ਹੋ ਗਏ, ਮਨ ਵਿਚਾਰ ਰਹਿਤ ਹੈ ਤਾਂ ਨਾਮ ਅਭਿਆਸੀ ਇੱਥੇ ਮਹਿਸੂਸ ਕਰਦਾ ਹੈ ਕਿ ਕੰਨਾਂ ਦੇ ਵਿੱਚ ਕੋਈ ਪਤਲੀ, ਕੋਈ ਭਾਰੀ ਆਵਾਜ਼ ਆ ਰਹੀ ਆ। ਇੱਥੇ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਣੇ ਜੋ ਧਿਆਨ ਆਪਾਂ ਰੱਖਣਾ ਹੈ ਕਿੱਥੇ, ਅਨਹਦ ਸ਼ਬਦਾਂ ਦੇ ਵਿੱਚ, ਅਤੇ ਸਾਹਮਣੇ ਵੇਖੀ ਜਾਣਾ ਸੁਣ ਦੇ ਵਿੱਚ, ਜੋ ਸਾਹਮਣੇ ਹਨੇਰਾ ਦਿਖਾਈ ਦਿੰਦਾ। ਇੱਥੇ ਸਾਨੂੰ ਹਨੇਰਾ, ਚਾਨਣ, ਪ੍ਰਕਾਸ਼ ਜੋ ਵੀ ਦਿਖਾਈ ਦੇਵੇ ਉਹਨੂੰ ਆਪਾਂ ਵੇਖੀ ਜਾਣਾ। ਬੜੇ ਵੱਡੇ ਭਾਗ ਹੁੰਦੇ ਨੇ ਜੀਵਾਂ ਦੇ ਜਿਨ੍ਹਾਂ ਨੂੰ ਇੱਥੇ ਪ੍ਰਕਾਸ਼ ਦਿਖਾਈ ਦਿੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ ਕਰਦਾ ਧਿਆਨ ਰਹਿਤ ਹੋ ਕੇ, ਧਿਆਨ ਦੇ ਵਿੱਚ ਹੋ ਕੇ, ਵਿਚਾਰ ਰਹਿਤ ਹੋ ਕੇ ਸ਼ਬਦਾਂ ਨੂੰ ਸੁਣਦੇ ਸੁਣਦੇ ਇੱਥੇ ਹੀ ਸਮਾ ਜਾਣਾ ਚਾਹੀਦਾ ਹੈ। ਸੰਸਾਰ ਦਾ ਜਿੰਨਾ ਕੁਨੈਕਸ਼ਨ ਆ ਇੱਥੇ ਕੱਟਿਆ ਜਾਵੇਗਾ, ਸਾਨੂੰ ਨਹੀਂ ਯਾਦ ਰਹੇਗਾ ਕਿ ਪਿੱਛੇ ਅਸੀਂ ਕੀ ਸੀ, ਕੀ ਹਾਂ, ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਹੈ। ਬਸ ਧਿਆਨ ਦੇ ਵਿੱਚ ਬੈਠੇ ਹਾਂ, ਮਨ ਨੂੰ ਕੁਝ ਵੀ ਯਾਦ ਨਾ ਰਹੇ ਕਿ ਮੈਂ ਕਿੱਥੇ ਬੈਠਾ ਸੀ, ਕੀ ਕਰਦਾ ਸੀ। ਬਸ ਅੰਤਰਗਤ ਹੀ ਧਿਆਨ ਰੂਪ ਹੋਣਾ ਹੈ। ਬਸ ਜੋ ਮਨ ਨੂੰ ਸਾਹਮਣੇ ਸੁਣਨ ਦੇ ਵਿੱਚ ਬਿਠਾਉਣਾ ਹੈ, ਇਹ ਮਿਹਨਤ ਹੈ। ਅਨਹਦ ਸ਼ਬਦਾਂ ਨੂੰ ਸੁਣਨਾ, ਸੇਵਾ ਕਰਨੀ, ਇਹ ਮਿਹਨਤ ਹੈ। ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਧਿਆਨ ਦੇ ਵਿੱਚ ਬੈਠੇ ਹੋਏ ਹੋਵਾਂਗੇ। ਦਿਨ ਦੇ ਵਿੱਚ ਕਈ ਵਾਰੀ ਆਪਾਂ ਬੈਠ ਸਕਦੇ ਹਾਂ। ਤਨ ਅਤੇ ਮਨ ਦੋਵੇਂ ਸੁਖੀ ਹੁੰਦੇ ਆ। ਜਿੱਥੇ ਵੀ ਆਪਾਂ ਬੈਠੇ ਹਾਂ, ਗੁਰਦੁਆਰਾ ਸਾਹਿਬ ਗਏ ਹਾਂ, ਬਾਣੀ ਪੜ੍ਹਨ ਤੋਂ ਬਾਅਦ, ਸਿਮਰਨ ਕਰਨ ਤੋਂ ਬਾਅਦ ਆਪਾਂ ਧਿਆਨ ਦੇ ਵਿੱਚ ਇਸ ਤਰੀਕੇ ਬੈਠ ਸਕਦੇ ਹਾਂ। ਇਸ ਤਰ੍ਹਾਂ ਬੈਠਣ ਦੇ ਨਾਲ ਸਾਡੇ ਤਨ ਅਤੇ ਮਨ ਦੇ ਰੋਗ ਖਤਮ ਹੁੰਦੇ, ਮਨ ਸੁੱਖ ਦੇ ਸਮੁੰਦਰ ਦੇ ਵਿੱਚ ਡੁਬਕੀਆਂ ਲਾਉਂਦਾ, ਮਨ ਨੂੰ ਅੰਦਰੋਂ ਚਾਹ ਚੜ੍ਹਦਾ, ਇੱਕ ਵੱਖਰਾ ਹੀ ਚਾਹ ਕਿ ਆਪਣੇ ਪਿਤਾ ਦੀ ਆਵਾਜ਼ ਨੂੰ ਸੁਣਿਆ ਹੈ। ਇਹ ਹੈ ਧਿਆਨ ਦੇ ਵਿੱਚ ਬੈਠਣ ਦਾ ਤਰੀਕਾ।